सब्सक्राइब करें हमारा YouTube चैनल और जरूर दबाएं एक घंटा ताकि आपको मिलते रहें लेटेस्ट खबरों की नोटिफिकेशंस। शॉर्ट करता पिया मैं क्या जी, मैं शॉर्ट करता पिया, शॉर्ट जाके उहदे विचों ही कढ़नी पैणी आ। नकोदर के साथ लगते गांव जहांगीर में उस समय सनसनी फैल गई जब करीब 17-18 वर्ष के एक लड़के की लाश टाहली के वृक्ष से लटकती हुई मिली, जिसकी पहचान हरमोहन पुत्र स्वर्ण सिंह गांव जहांगीर बताई जा रही है। मृतक हरमोहन का पिता स्वर्ण सिंह इस समय विदेश में है। एएसआई जनकराज ने जानकारी देते हुए बताया कि लाश को पोस्टमार्टम के लिए नकोदर के सिविल अस्पताल के मुर्दा घर में रखवा दिया गया है। वहीं अगली कार्रवाई की जा रही है। फिलहाल पुलिस ने 174 की कार्रवाई करते हुए मामले की तफ्तीश शुरू कर दी है। पारिवारिक मेंबरों ने भी कहा कि यदि कोई भी हरमोहन की मौत का जिम्मेदार होगा उसको किसी भी कीमत पर बख्शा न जाएगा। पुलिस से उन्हें इंसाफ की गुहार लगाई गई है। हरमोहन के पिता के आने के पश्चात ही हरमोहन का पोस्टमार्टम करवाया जाएगा। नकोदर से लखबीर साबिक की रिपोर्ट। हाँ जी भाई, थोड़ा नाम? मेरा नाम जसविंदर सिंह है। की गलबात की हुई है? ये क्या है, जेड़ा 7 बजे गया हुआ है। कौन गया सी, की नाम सी? हरमोहन सिंह। अच्छा जी। जेड़ा मेरे बड़े भरा दा बेटा है। अच्छा जी। इनारे डैडी दा नाम स्वर्ण सिंह। अच्छा जी। ते घरों घरे कह के गया कुड़ियां नु भी मैं आना है, ते मेरे आंदे नु मैं रोटी नहीं खानी, मैं चौल खाने, फिर मेरे लिए चौल बना के रखो। पर कल दा 7 बजे दा गया नहीं वापस आया। ते जेड़ा अही राती 2 बजे गए आपदे खूत, ਉਦੋਂ ਉੱਥੇ ਹੈ ਨਹੀਂ ਸੀਗਾ। ਜਦੋਂ ਅਸੀਂ ਸਵੇਰੇ 6 ਵਜੇ ਮੁੰਡਾ ਗਿਆ ਵਾ ਉਦੋਂ ਉਹ ਉੱਥੇ ਮੌਜੂਦ ਸੀ। ਕੀ ਗੱਲਬਾਤ ਕੀ ਹੋਈ ਉਸ ਤੋਂ ਬਾਅਦ? ਉਸ ਤੋਂ ਬਾਅਦ ਵੀ ਜਿੱਦਾਂ ਰਾਤੀ ਵੀ ਪੁਲਿਸ ਗਈ ਸੀਗੀ, ਇਹਨਾਂ ਨੇ ਇਹ ਕਿਹਾ ਸੀਗਾ ਵੀ ਜਾਂਗੇ ਤੁਹਾਡੇ ਪਿੰਡ ਦੇ ਵਿੱਚ ਵਿੱਚ ਇਹਦੀ ਜਿਹੜੀ ਮੋਬਾਈਲ ਦੀ ਰੇਂਜ ਆ ਰਹੀ ਆ, ਵੀ ਇਹ ਪਿੰਡ ਪਿੰਡ ਤੋਂ ਬਾਹਰ ਨੇਗਾ, ਵੀ ਚਲੋ ਹੋ ਸਕਦਾ ਵੀ ਅੱਧਾ ਕਿਲੋਮੀਟਰ ਥੋੜ੍ਹਾ ਪਿੰਡ ਤੋਂ ਬਾਹਰ ਹੋਵੇ। ਅਤੇ ਹੁਣ ਕਿਸ ਹਾਲਤ ਦੇ ਵਿੱਚ ਮਿਲਿਆ ਇਹ? ਹੁਣ ਜੀ ਬੰਦ ਹੀ ਮਿਲਿਆ ਸਾਨੂੰ। ਹਾਂਜੀ, ਹੁਣ ਬੰਦ ਆ। ਨਹੀਂ, ਬੰਦਾ ਕਿਸ ਹਾਲਤ ਦੇ ਵਿੱਚ ਮਿਲਿਆ? ਇਹਨੇ ਜਿੱਦਾਂ ਵੀ ਅਸੀਂ ਜਾ ਕੇ ਦੇਖਿਆ ਵੀ ਪਰਨਾ ਪੀਲੇ ਰੰਗ ਦਾ ਜਿਹੜਾ ਉਹ ਗਲ ਦੇ ਵਿੱਚ ਪਾਇਆ ਹੋਇਆ ਸੀ, ਅਤੇ ਟਾਲੀ ਦੇ ਨਾਲ ਲੱਗ ਰਿਹਾ ਅਤੇ ਡੈਡ ਹੋ ਗਿਆ। ਹਾਂਜੀ, ਮੁੰਡਾ ਠੀਕ ਹੈ। ਕਿਸੇ 'ਤੇ ਸ਼ੱਕ ਵਗੈਰਾ ਤੁਹਾਨੂੰ? ਵੀ ਸ਼ੱਕ ਮੁਤਾਬਕ ਅਸੀਂ ਜੋ ਵੀ ਸੀਗਾ ਅਸੀਂ ਪੰਜਾਬ ਪੁਲਿਸ ਨੂੰ ਲਿਖਾਇਆ ਹੋਇਆ ਆ, ਅਤੇ ਬਾਕੀ ਇਹਦੀ ਜਦੋਂ ਪੋਸਟਮਾਰਟਮ ਹੋਊਗੀ, ਇਹਦਾ ਡੈਡੀ ਹੁਣ ਦੁਬਈ ਤੋਂ ਆਉਣ ਵਾਲਾ ਹੀ ਆ, ਅਤੇ ਉਹਦੇ ਅੱਜ ਤੋਂ ਪੋਸਟਮਾਰਟਮ ਕਰਾਉਣੇ ਆ। ਜੋ ਵੀ ਰਿਪੋਰਟ ਆਊਗੀ ਅਸੀਂ ਉਹਦੇ ਕਾਨੂੰਨੀ ਕਾਰਵਾਈ ਦੇ ਹਿਸਾਬ ਨਾਲ ਚੱਲੇ। ਤੁਸੀਂ ਇਹਦੇ ਕੀ ਲੱਗਦੇ? ਮੈਂ ਚਾਚਾ ਹਾਂ ਅਤੇ ਮੈਥੋਂ ਵੱਡੇ ਦਾ ਬੇਟਾ। ਹਾਂਜੀ ਸਰ, ਤੁਹਾਡਾ ਨਾਮ? ਮੈਂ ਬਲਵੀਰ ਸਿੰਘ ਚੀਮਾ ਜੀ, ਪ੍ਰੈਜੀਡੈਂਟ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ। ਮੇਰੇ ਇੱਕ ਬਹੁਤ ਹੀ ਨਜ਼ਦੀਕੀ ਪਰਿਵਾਰ ਦੇ ਵਿੱਚੋਂ ਇੱਕ 17 ਸਾਲ ਦੇ ਬੱਚੇ ਦੀ ਮੌਤ ਹੋਈ ਹੈ, ਅਤੇ ਉਹ ਫਾਹਾ ਲੈਣ ਨਾਲ ਹੋਈ ਆ ਮੌਕੇ ਦੇ ਮੁਤਾਬਕ ਦੇਖਿਆ ਜਾਂਦਾ। ਲੇਕਿਨ ਜੋ ਘਰਦਿਆਂ ਨੂੰ ਸ਼ੱਕ ਹੈ ਕਿਤੇ ਪਰਿਵਾਰ 'ਤੇ ਕਿਸੇ 'ਤੇ, ਉਹਦੇ 'ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਪੂਰੀ ਤਹਿਕੀਕਾਤ ਕੀਤੀ ਜਾਵੇ। ਜਿਸ ਤਰ੍ਹਾਂ ਦਾ ਵੀ ਪੋਸਟਮਾਰਟਮ ਰਿਪੋਰਟ ਆਉਂਦੀ ਆ ਉਹ ਤਹਿਕੀਕਾਤ ਕਰਕੇ ਮਤਲਬ ਜਿਹੜਾ ਆ ਉਹਦੇ 'ਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਨਜਾਇਜ਼ ਅਸੀਂ ਕਰਾਉਣੀ ਨਹੀਂ ਚਾਹੁੰਦੇ, ਲੇਕਿਨ ਕੋਈ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਕਿਸੇ ਹਾਲਤ 'ਚ ਵੀ ਬਖਸ਼ਿਆ ਨਾ ਜਾਵੇ, ਇਹੀ ਸਾਡੀ ਬੇਨਤੀ ਹੈ ਜੀ। ਮ੍ਰਿਤ ਦਾ ਨਾਮ ਕੀ ਹੈ ਜੀ? ਹਰਮੋਹਨ ਸਿੰਘ ਹੈ ਜੀ। ਕਿਹੜੇ ਪਿੰਡ ਦਾ? ਇਹ ਜਹਾਂਗੀਰ ਤੋਂ ਹੈ। ਡੈਡੀ ਇਹਦੇ ਦੁਬਈ 'ਚ ਆ, ਸਰਵਨ ਸਿੰਘ ਜੀ, ਸਵਰਨ ਸਿੰਘ ਉਹ ਆਉਂਦੇ ਆ ਤਾਂ ਅਸੀਂ ਮਤਲਬ ਜਿਹੜਾ ਪੋਸਟਮਾਰਟਮ ਕਰਾਉਣਾ। ਫਿਲਹਾਲ ਅਸੀਂ ਮੋਰਚੀ ਦੇ ਵਿੱਚ ਮਤਲਬ ਜਿਹੜੀ ਆ ਲਾਸ਼ ਭਰਾ ਰਹੇ ਜਾਵਾਂ। ਹਾਂਜੀ ਸਰ, ਕੀ ਮਾਮਲਾ ਜੀ? ਇਹ ਮਾਮਲਾ ਇਹ ਜੀ, ਅਸੀਂ ਡਿਊਟੀ ਅਫਸਰ ਥਾਣੇ ਤੈਨਾਤ ਸੀ। ਸਵੇਰੇ ਹਰਦੇਵ ਸਿੰਘ ਔਜਲਾ, ਸਰਪੰਚ ਪਿੰਡ ਜਹਾਂਗੀਰ ਦਾ ਫੋਨ ਆਇਆ ਕਿ ਸਾਡੇ ਪਿੰਡ ਦਾ ਮੁੰਡਾ ਹਰਮੋਹਨ ਸਿੰਘ ਆ ਜਿਹਦੀ ਡੈੱਡ ਬੋਡੀ ਟਾਹਲੀ ਨਾਲ ਲੱਗ ਰਹੀ ਆ। ਅਸੀਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ ਹਾਂ, ਉੱਥੇ ਜਾ ਕੇ ਦੇਖਿਆ ਕਿ ਹਰਮੋਹਨ ਸਿੰਘ ਦੀ ਜਿਹੜੀ ਆ ਬੋਡੀ ਜਿਹੜੀ ਆ ਟਰਾਲੀ ਦੇ ਦਰਖਤ ਨਾਲ ਲਟਕ ਰਹੀ ਸੀ। ਅਸੀਂ ਮੌਕੇ ਦੇ ਉੱਤੇ ਜਾ ਕੇ ਤਸਦੀਕ ਤਫਤੀਸ਼ ਕੀਤੀ ਆ। ਉਹਦੀ ਮਾਂ ਦੇ ਬਿਆਨਾਂ 'ਤੇ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ। ਡੈੱਡ ਬੋਡੀ ਜਿਹੜੀ ਅਸੀਂ ਸਿਵਲ ਹਸਪਤਾਲ ਮੋਰਚ ਦੇ ਵਿੱਚ ਰੱਖ ਦਿੱਤੀ ਆ। ਇਸ ਤੋਂ ਬਾਅਦ ਇਹਦਾ ਪਿਤਾ ਜਿਹੜਾ ਸਵਰਨ ਸਿੰਘ, ਉਹ ਕਰੀਬ 3 ਮਹੀਨੇ ਤੋਂ ਦੁਬਈ ਗਿਆ ਆ। ਉਹਦੇ ਆਉਣ 'ਤੇ ਕੱਲ੍ਹ ਆਉਂਦਾ ਕਿ ਪਰਸੋਂ ਆਉਂਦਾ ਇਹਦਾ ਪੋਸਟਮਾਰਟਮ ਕਰਾ ਕੇ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿਆਂਗੇ। ਇਹਦੀ ਫਿਲਹਾਲ ਅਸੀਂ 174 ਦੀ ਕਾਰਵਾਈ ਕਰ ਰਹੇ ਹਾਂ, ਲੇਕਿਨ ਅਸੀਂ ਪਲੇਸ ਆਫ ਐਕੂਰੈਂਸ ਔਰ ਇਹਨਾਂ ਦੇ ਪਿੰਡ ਦੇ 8 ਵਜੇ ਤੋਂ ਡੰਪ ਕਰਾ ਤੇ ਆ ਮੁੰਡੇ ਦੀ ਕੋਲ ਡਿਟੇਲ ਕਢਾ ਲਈ ਆ। ਉਸ ਤੋਂ ਜੇਕਰ ਕੋਈ ਅਪਰਾਧੀ ਇਸ ਵਿੱਚ ਆਉਂਦਾ ਆ ਤਾਂ ਅਸੀਂ ਜੋ ਕਾਰਵਾਈ ਬਣਦੀ ਹੋਈ ਉਹ ਕਰਾਂਗੇ। ਫਿਲਹਾਲ 1 ਸੈਂਟੀ ਕੋਰਟ ਦੀ ਕਾਰਵਾਈ ਕਰ ਰਹੇ ਹਾਂ। ਠੀਕ ਹੈ।